ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮੈਂ ਆਇਆ ਹੋਇਆ ਰਈਆ ਦੇ ਵਡਾਲਾ ਕਲਾ ਪਿੰਡ ਦੇ ਅੰਦਰ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਸਾਲ ਮੈਂ ਜਿਹੜਾ ਡਕਵੀਟ ਤੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਸੀ, ਇਹਦੀ ਪ੍ਰਮੋਸ਼ਨ ਕੀਤੀ ਸੀ। ਜਿੰਨੇ ਵੀ ਮੁਰਗੀ ਫਾਰਮ ਸੀ ਜਾਂ ਹੋਰ ਪਸ਼ੂ ਪਾਲਕ ਸੀ, ਉਹਨਾਂ ਨੂੰ ਮੈਂ ਡਕਵੀਟ ਦੀ ਜਾਣਕਾਰੀ ਦਿੱਤੀ ਸੀ ਕਿ ਇਹਦੇ ਅੰਦਰ ਕੀ ਗੁਣ ਹੁੰਦੇ ਆ, ਕਿਹੜੇ ਤਰੀਕੇ ਨਾਲ ਆਪਾਂ ਇਹਦੇ ਨਾਲ ਜਿਹੜੀ ਆਪਣੀ ਫੀਡ ਹੈ ਉਹਦਾ ਖਰਚਾ ਘਟਾ ਸਕਦੇ ਹਾਂ। ਬਹੁਤ ਸਾਰੇ ਵੀਰਾਂ ਨੇ ਤਾਂ ਇਹਦਾ ਬਹੁਤ ਜ਼ਿਆਦਾ ਫਾਇਦਾ ਚੁੱਕਿਆ, ਪਰ ਕਈ ਵੀਰਾਂ ਨੇ ਇਹਨੂੰ ਇੱਕ ਮਜ਼ਾਕ 'ਚ ਲੈ ਲਿਆ ਕਿ ਨਹੀਂ ਇਹ ਸਾਡੀ ਕਿਸੇ ਕੰਮ ਦੀ ਨਹੀਂ। ਅਤੇ ਆਓ ਮੈਂ ਤੁਹਾਨੂੰ ਇੱਕ ਫਾਰਮ ਦਿਖਾਉਂਦਾ ਵਾਂ ਇੱਥੇ ਕਿ ਕਿਹੜੇ ਤਰੀਕੇ ਨਾਲ ਅਸੀਂ ਜਿਹੜਾ ਡਕਵੀਟ ਹੈ ਉਹਦੇ ਨਾਲ ਆਪਣਾ ਹੀ ਫੀਡ ਦਾ ਖਰਚਾ ਘਟਾ ਸਕਦੇ ਹਾਂ। ਪਹਿਲਾਂ ਡਕਵੀਟ ਦੇ ਬਾਰੇ ਮੈਂ ਜਿਹੜੇ ਨਵੇਂ ਵੀਰ ਦੇਖ ਰਹੇ ਉਹਨਾਂ ਨੂੰ ਤੁਹਾਨੂੰ ਦੱਸਦਾਂ ਕਿ ਇਹਦੇ ਅੰਦਰ 50% ਪ੍ਰੋਟੀਨ ਹੁੰਦੀ ਹੈ। ਅਸੀਂ ਜਿਹੜੀ ਫੀਡ ਲਿਆਉਂਦੇ ਹਾਂ ਉਹਦੇ ਅੰਦਰ ਸਿਰਫ 20-25% ਹੀ ਪ੍ਰੋਟੀਨ ਹੁੰਦੀ ਹੈ, ਪਰ ਡਕਵੀਟ ਦੇ ਅੰਦਰ 50% ਪ੍ਰੋਟੀਨ ਹੁੰਦੀ ਹੈ। ਨੈਚੁਰਲ ਹੈ, ਕੁਦਰਤੀ ਹੈ, ਇੱਥੇ ਆਪਣਾ ਕੋਈ ਖਰਚਾ ਨਹੀਂ ਲੱਗਣਾ। ਸਿਰਫ ਇੱਕ ਮੁੱਠ ਦਾਣੇ ਹੀ ਆ ਰਹੇ, ਜਿਹੜੇ ਇੱਕ ਮੁੱਠ ਦੇ ਜਿਹੜੇ ਪੱਤੇ ਆ ਉਹ ਆਪਾਂ ਨੂੰ ਕਿਤੋਂ ਵੀ ਮਿਲ ਜਾਣ। ਆਪਣੇ ਜਿਹੜੇ ਜਿੱਥੇ ਨਹਿਰਾਂ ਦਾ ਪਾਣੀ ਖੜਦਾ ਹੈ ਜਾਂ ਆਪਣੇ ਪਿੰਡ ਦੇ ਜਿਹੜੇ ਛੱਪੜ ਹੁੰਦੇ ਆ, ਇਹ ਬੂਟੀ ਦੀ ਤੁਸੀਂ ਪਛਾਣ ਕਰ ਲੈਣੀ ਹੈ। ਇਹਨੂੰ ਮੈਂ ਨੇੜੇ ਤੋਂ ਵੀ ਤੁਹਾਨੂੰ ਇਹ ਬੂਟੀ ਦਿਖਾ ਦੂੰਗਾ, ਇਹਦੀ ਪਛਾਣ ਕਰ ਲੈਣੀ ਹੈ। ਉੱਥੋਂ ਤੁਸੀਂ ਇਹ ਬੂਟੀ ਕੱਢ ਲਿਆਉਣੀ ਹੈ, ਇਹਨੂੰ ਧੋ ਕੇ ਸਾਫ਼ ਪਾਣੀ 'ਚ ਕਿਹੜੇ ਤਰੀਕੇ ਨਾਲ ਲਗਾਉਣੀ ਹੈ ਉਹ ਵੀ ਤੁਹਾਨੂੰ ਦੱਸ ਦਿੰਦਾ। ਇਸ ਤਰੀਕੇ ਨਾਲ ਤੁਸੀਂ ਇੱਕ ਆਪਦੇ ਘਰ ਦੇ ਨੇੜੇ ਤੇੜੇ ਕਿਤੇ ਵੀ ਹੈ ਛੋਟਾ ਜਿਹਾ ਖੱਡਾ ਮਾਰ ਲੈਣਾ, ਇੱਕ ਇੱਕ ਫੁੱਟ ਇਹਦੀ ਉਚਾਈ ਕਰ ਦੇਣੀ ਹੈ। ਵਿੱਚ ਥੱਲੜੇ ਬੰਨੇ ਇਹਦੇ ਅੰਦਰ ਤੁਸੀਂ ਮਿੱਟੀ ਤਰੇ ਮਤਲਬ ਗੋਬਰ ਅਤੇ ਮਿੱਟੀ ਪਾ ਦੇਣੀ ਹੈ। ਮਿੱਟੀ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਉਪਜਾਊ ਮਿੱਟੀ ਪਾਣੀ ਹੈ। ਉਸ ਦੇ ਉੱਪਰ ਤੁਸੀਂ ਨਹਿਰੀ ਪਾਣੀ ਪਾਉਣਾ, ਪਾਣੀ ਦੀ ਜਿਹੜੇ ਅੰਦਰ ਤੁਸੀਂ ਪਾਉਣਾ, ਬਹੁਤ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ। ਖਾਰਾ ਪਾਣੀ ਨਹੀਂ ਪਾਉਣਾ, ਖਾਰੇ ਪਾਣੀ 'ਚ ਗਰੋਥ ਨਹੀਂ ਕਰੂਗੀ। ਉਸ ਤੋਂ ਬਾਅਦ ਤੁਸੀਂ ਜਿਹੜਾ ਵੀ ਤੁਸੀਂ ਛੱਪੜ 'ਚੋਂ ਜਾਂ ਕਿਤੋਂ ਵੀ ਜਿਹੜੀ ਡਕਵੀਟ ਲਿਆਉਂਦੀ ਸੀ ਉਹਦੇ ਅੰਦਰ ਇਹ ਫੁਲਾ ਦੇਣੀ ਹੈ। ਛਾਂ ਦਾ ਧਿਆਨ ਰੱਖਣਾ ਹੈ, ਅਗਰ ਤੁਸੀਂ ਗਰਮ ਜਗ੍ਹਾ 'ਤੇ ਲਗਾ ਰਹੇ ਹੋ, ਪਹਿਲੀ ਗੱਲ ਤਾਂ ਜਿਵੇਂ ਦਰੱਖਤਾਂ 'ਤੇ ਲੱਗੀ ਹੋਈ ਹੈ ਥੱਲੇ, ਇਸ ਤਰੀਕੇ ਨਾਲ ਲਗਾਓ। ਅਗਰ ਫਿਰ ਵੀ ਨਹੀਂ ਹੈ ਤਾਂ ਤੁਸੀਂ ਇਹ ਨੈੱਟ ਦੇ ਨਾਲ ਇਹਦੇ ਉੱਤੇ ਛਾਂ ਕਰ ਦੇਣੀ ਹੈ, ਕਿਉਂਕਿ ਇਹਦੇ ਨੂੰ ਜਿਹੜਾ ਤਾਪਮਾਨ ਹੈ ਪਾਣੀ ਗਰਮ ਨਹੀਂ ਹੋਊਗਾ, ਤਾਪਮਾਨ ਮੇਨਟੇਨ ਹੋ ਜੂਗਾ, ਇਹ ਗਰੋਥ ਕਰੂਗੀ ਡਬਲ, ਡੇਲੀ ਦੁੱਗਣੀ ਹੋਊਗੀ। ਤੁਸੀਂ ਅੱਜ ਪਾਈਏ ਤਾਂ 5-7 ਦਿਨਾਂ 'ਚ ਤੁਹਾਡੇ ਕੋਲ, ਅਗਰ ਇੱਕ ਮੁੱਠ ਪਾਈਏ ਤਾਂ 10 ਕਿਲੋ ਤੁਹਾਡੇ ਕੋਲ ਡਕਵੀਟ ਹੋ ਜੂਗੀ। ਜਿੰਨੀ ਵੀ ਤੁਹਾਡੇ ਮੁਰਗੀਆਂ ਹੈ ਜਾਂ ਹੋਰ ਜਿਹੜੇ ਵੀ ਫਾਰਮਿੰਗ ਕਰ ਰਹੇ ਨੇ, ਟਰਕੀ ਹੈ, ਬੱਤਕਾਂ ਹੈ, ਉਹ ਬੜੇ ਚਾਅ ਨਾਲ ਖਾਂਦੀਆਂ, ਫੀਡ ਦਾ ਖਰਚਾ ਘੱਟ ਜੂਗਾ ਕਿਉਂਕਿ ਫੀਡ ਬਹੁਤ ਮਹਿੰਗੀ ਹੋ ਗਈ ਹੈ। ਅਤੇ ਜਿੰਨੇ ਵੀ ਵੀਰ ਇੱਕ ਫਾਰਮਿੰਗ ਕਰ ਰਹੇ ਨੇ, ਕਿਉਂਕਿ ਫੀਡ ਦਾ ਕੋਸਟਲੀ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਵਾ, ਖਾਸ ਕਰਕੇ ਜਿਹੜੇ ਸਾਡੇ ਵੀਰ ਦੇਸੀ ਫਾਰਮਿੰਗ ਦਾ ਕੰਮ ਕਰ ਰਹੇ ਹਨ। ਤਾਂ ਕਿਉਂਕਿ ਉਹਨਾਂ ਨੇ ਇੱਕ ਛੋਟੇ ਪੱਧਰ 'ਤੇ ਕੰਮ ਸ਼ੁਰੂ ਕੀਤਾ ਹੁੰਦਾ ਵਾ, ਪਰ ਛੋਟੇ ਪੱਧਰ 'ਤੇ ਉਹਨਾਂ ਨੂੰ ਸਟਾਰਟਿੰਗ ਤੋਂ ਨੁਕਸਾਨ ਹੁੰਦਾ ਕਿਉਂਕਿ ਉਹ ਧਿਆਨ ਦਿੰਦੇ ਆ ਕਿ ਫੀਡ 'ਤੇ ਖਰਚਾ ਬਹੁਤ ਜ਼ਿਆਦਾ ਹੋ ਗਿਆ, ਬੱਚਤ ਕੁਛ ਹੋਈ ਨਹੀਂ ਹੈ। ਤਾਂ ਤੁਸੀਂ ਆਪਦੀ ਫੀਡ ਦਾ ਇੱਕੋ ਇੱਕ ਤੁਹਾਡੇ ਕੋਲ ਤਰੀਕਾ ਹੈ, ਤੁਸੀਂ ਡਕਵੀਟ ਦਾ ਇਸਤੇਮਾਲ ਕਰਨਾ ਅਤੇ ਆਪਦੀ ਜਿਹੜੀ ਫੀਡ ਦਾ ਖਰਚਾ ਉਹ ਘਟਾ ਦੇਣਾ। ਸਾਡੇ ਜਿਹੜਾ ਚੈਨਲ ਹੈ HRY ਇੰਕਿਊਬੇਟਰ, ਇਹਦੀ ਪੂਰੀ ਜਾਣਕਾਰੀ ਸਾਡੇ ਉਸ ਚੈਨਲ 'ਤੇ ਅਪਡੇਟ ਹੈ ਜੀ, ਉਸ ਤੋਂ ਵੀ ਤੁਸੀਂ ਦੇਖ ਸਕਦੇ ਹੋ। ਅਤੇ ਤੁਸੀਂ ਕਿਸੇ ਵੀ ਵੀਰ ਨੂੰ ਡਕਵੀਟ ਚਾਹੀਦੀ ਹੋਵੇ, ਇਹਦੀ ਪਹਿਚਾਣ ਕੀ ਹੈ, ਤੁਸੀਂ ਮੇਰੇ ਨੰਬਰ 'ਤੇ ਮੈਨੂੰ ਕਾਲ ਕਰ ਸਕਦੇ ਹੋ, 9972762304304 9972762304 'ਤੇ। ਮੈਂ ਤੁਹਾਨੂੰ ਉਹਦੀ ਵੀਡੀਓ ਸਾਰੀਆਂ ਭੇਜ ਦੂੰਗਾ, ਇਹਦੀ ਪਹਿਚਾਣ ਦੱਸ ਦੂੰਗਾ, ਲਗਾਉਣ ਦਾ ਜਿਹੜਾ ਉਹ ਤਰੀਕਾ ਦੱਸ ਦੂੰਗਾ। ਤਾਂ ਪਿਛਲੇ ਸਾਲ ਹੀ ਮੈਂ ਇਹਨੂੰ ਪ੍ਰਮੋਟ ਕੀਤਾ ਸੀ, ਇਸ ਵਾਰ ਫਿਰ ਇਸ ਨੂੰ ਅਸੀਂ ਬੜੇ ਵੱਡੇ ਲੈਵਲ 'ਤੇ ਪ੍ਰਮੋਟ ਕਰਾਂਗੇ, ਕਿਉਂਕਿ ਫਾਰਮਿੰਗ 'ਚ ਇਹ ਹੀ ਹੈ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸਾਡੇ ਵੀਰ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ। ਤਾਂ ਸਾਰੇ ਵੀਰਾਂ ਨੂੰ ਦੁਬਾਰਾ ਤੋਂ ਫਿਰ ਬੇਨਤੀ ਹੈ, ਤਾਂ ਤੁਸੀਂ ਡਕਵੀਟ ਨੂੰ ਵੱਧ ਤੋਂ ਵੱਧ ਆਪਦੇ ਫਾਰਮਾਂ 'ਤੇ ਲਗਾਓ, ਤਾਂ ਕਿ ਜਿਹੜਾ ਤੁਹਾਡਾ ਫੀਡ ਦਾ ਖਰਚਾ ਹੈ ਉਹ ਬਚ ਸਕੇ। ਇਹ ਕੱਢਣਾ ਕਿਵੇਂ, ਕੱਢਣ ਦਾ ਤਰੀਕਾ ਦੱਸ ਦਿੰਦੇ ਹਾਂ, ਛੋਟਾ ਵੀਰ ਕੱਢ ਕੇ ਦਿਖਾਊਗਾ ਤੁਹਾਨੂੰ। ਇੱਕ ਮੱਛਰਦਾਨੀ ਦੇ ਦੇਖ ਦਿਓ, ਇੱਕ ਜਾਲ ਬਣਾ ਲੈਣਾ ਤੁਸੀਂ। ਬੜਾ ਸਿੰਪਲ ਜਿਹਾ ਤਰੀਕਾ ਕਿ ਪਾਣੀ ਥੱਲੇ ਰਹਿ ਜੂਗਾ ਅਤੇ ਜਿਹੜੀ ਡਕਵੀਟ ਹੈ ਉਹ ਬਾਹਰ ਆ ਜੂਗੀ। ਬਸ ਰਹਿਣ ਦਿਓ। ਉਸ ਤੋਂ ਬਾਅਦ ਕੀ ਕਰਨਾ, ਜਿਹੜੀ ਇਹ ਤੁਸੀਂ ਇਹ ਡਕਵੀਟ ਕੱਢੀ ਹੋਈ ਹੈ ਇਹਨੂੰ 2 ਵਾਰਾਂ ਤੁਸੀਂ ਸਾਫ਼ ਪਾਣੀ ਦੇ ਅੰਦਰ ਧੋਣਾ, ਇਹ ਸਿੱਧੀ ਨਹੀਂ ਪਾਣੀ, 2 ਵਾਰਾਂ ਇਹਨੂੰ ਤੁਸੀਂ ਸਾਫ਼ ਪਾਣੀ ਦੇ ਅੰਦਰ ਧੋਣ ਤੋਂ ਬਾਅਦ ਆਪਦੇ ਮੁਰਗੀਆਂ ਨੂੰ ਪਾ ਸਕਦੇ ਹੋ, ਬੱਤਕਾਂ ਨੂੰ ਪਾ ਸਕਦੇ ਹੋ, ਟਰਕੀ ਨੂੰ ਪਾ ਸਕਦੇ ਹੋ, ਜਾਂ ਕੋਈ ਵੀ ਹੋਰ ਜਾਨਵਰ ਹੈ ਉਹਨਾਂ ਨੂੰ ਤੁਸੀਂ ਪਾ ਸਕਦੇ ਹੋ। ਧੋ ਕੇ ਪਾਣੀ ਹੈ, ਸਿੱਧੀ ਨਹੀਂ ਪਾਣੀ, ਸਾਫ਼ ਪਾਣੀ 'ਚ 2 ਵਾਰਾਂ ਧੋਣੀ ਹੈ। ਧੰਨਵਾਦ। आज की वीडियो में हम HRY इनक्यूबेटर्स द्वारा अंडों से चूजे निकालने वाली मशीनें जो बनाई जाती हैं उसके बारे में आपको जानकारी देंगे और हमारे फार्म के बारे में आपको भी पूरी जानकारी मिलेगी। वीडियो को अंत तक देखना, हमारे जितने भी मॉडल है सबके रेट और उस मॉडल में क्या क्या आता है उसकी जानकारी भी इस वीडियो में दी जाएगी। हमारा फार्म
हरियाणा के फतेहाबाद ज़िले के माजरा गांव के नज़दीक है। एच आर बाई इनक्यूबेटर्स, हमारे फार्म का नाम एच आर बाई इनक्यूबेटर्स है। आप गूगल मैप पर भी इसे सर्च कर सकते हो, हमारी लोकेशन आ जाएगी। डायरेक्ट आप गूगल पर भी सर्च कर सकते हो। फेसबुक पर हमारा पेज भी है एच आर इनक्यूबेटर के नाम से, एच आर बाई इनक्यूबेटर के नाम से, और यूट्यूब पर अब चैनल भी है। तो आइए हम इस वीडियो के अंदर आपको हमारे सभी मॉडल की जानकारी देते हैं। हम 30 अंडों से लेकर 500 अंडे तक की इनक्यूबेटर बनाते हैं, जो हमारा सबसे छोटा मॉडल है 30 अंडों वाला। 6 महीने की गारंटी के साथ थर्माकोल की बॉडी है, बहुत मजबूत बॉडी है। 400 किलो तक का इस पर आप वजन डाल सकते हो, टूटेगा नहीं। मात्र 1500 रुपये के अंदर सिंगल कंट्रोलर के अंदर है, 6 महीने की गारंटी है। और इसकी जो फिटिंग कर रखी है हमने, पैनल के अंदर फिटिंग है, आप देख सकते हो। ये डबल कंट्रोलर वाली है, ये सिंगल कंट्रोलर में है, पैनल के अंदर फिटिंग है। और जितनी भी एक्सेसरी लगाई हुई है हाई क्वालिटी की है, 6 महीने की गारंटी के साथ है। मात्र 1500 रुपये के अंदर 30 अंडों का इनक्यूबेटर। दूसरे नंबर पर आता है 50 अंडों का। 50 अंडों का जो मॉडल है 1750 का, 100 अंडे की कैपेसिटी में सिंगल कंट्रोलर में आपको मिलेगा 2000 के अंदर। और डबल कंट्रोलर के अंदर 100 एग की कैपेसिटी में आपको मिलेगा 2500 के अंदर। इसके अलावा फ्रिज की बॉडी में भी हम इंक्यूबेटर तैयार करते हैं, और प्लास्टिक की बॉडी के अंदर भी इंक्यूबेटर तैयार करते हैं। प्लास्टिक की बॉडी के अंदर दो तरीके के मॉडल होते हैं हमारे पास, एक होता है ऑटोमेटिक, एक होता है सेमी ऑटोमेटिक। ऑटोमेटिक 5000 का, जिसमें अंडे अपने आप घूमते हैं, और सेमी ऑटोमेटिक में इसमें 100 अंडे आएंगे और उसकी कीमत है 4000 रुपये। 500 रुपया सभी इंक्यूबेटर का डिलीवरी चार्ज है। ऑल इंडिया डिलीवरी होती है, पंजाब और हरियाणा के अंदर हम कैश ऑन डिलीवरी करते हैं, बाकी सभी जगह से हम पेमेंट एडवांस लेते हैं। और कुछ एक्सेसरी की भी मैं आपको जानकारी देंगे। कुछ मीटर होते हैं हमारे पास, टेम्परेचर मीटर और इंक्यूबेटर।